ਬਾਗੇ ਫਿਦਕ ਇੱਕ ਲਫ਼ਜ਼ ਹੈ, ਇਹਦੀ ਇੱਕ ਸ਼ਕਲ ਹੈ। ਜਿਹੜੇ ਖੁਦ ਕਹਿੰਦੇ ਦੁਨੀਆ ਦਾ ਮਾਲ ਫਨਾਏ, ਉਹ ਬਾਗ ਦੀ ਸ਼ਕਲ ਪਿੱਛੇ ਨਹੀਂ ਗਏ। ਖੁਦ ਕਹਿ ਰਹੇ ਬਾਗ ਫਨਾਏ, ਜਦੋਂ ਬਾਗ ਦੀ ਸ਼ਕਲ ਫਨਾਏ, ਫਿਦਕ ਲਫ਼ਜ਼ ਦੀ ਸ਼ਕਲ ਫਨਾਏ, ਲੇਕਿਨ ਇਹਦੇ ਵਿੱਚ ਇੱਕ ਮਕਸਦ ਹੈ, ਉਹ ਬਕਾ ਹੈ। ਜਦੋਂ ਤੱਕ ਮਕਸਦ ਦੇ ਉੱਤੇ ਅਸੀਂ ਨਾ ਆਏ, ਇਹਦੀ ਸ਼ਕਲ ਨੇ ਸਾਡੇ ਕੰਮ ਨਹੀਂ। ਦੂਸਰੇ ਬਾਗ ਨੂੰ ਖੋਲੋ, ਬੇ ਅਲਿਫ ਗੈਰ, ਬੇ ਦੇ ਦੋ ਅਲਿਫ ਦਾ ਇੱਕ, ਗੈਰ ਦਾ ਇੱਕ, ਕਿੰਨੇ ਹੋ ਗਏ? ਜ਼ੇਰੇ ਅਸਲ ਤਿੰਨ ਹਰਫ ਦਾਲ ਮੀਮ ਤੇ, ਮੀਮ ਨਾਲ ਕੀ ਬਣਦਾ ਇਸਮ? ਮੁਹੰਮਦ। ਸਾਬਤ ਹੋਇਆ ਕਿ ਬਾਗ ਲਫ਼ਜ਼ ਵਿੱਚ ਇਸਮ ਮੁਹੰਮਦ ਛੁਪਿਆ ਹੈ। ਸ਼ਕਲੇ ਬਾਗ ਨਹੀਂ, ਮਕਸਦ ਏ ਬਾਗ ਹੈ। ਹੋਰ ਹੈ ਫਿਦਕ ਵੇਖੋ, ਫੇ ਦਾਲ ਕਾਫ, ਫੇ ਦੇ ਦਾਲ ਦੇ ਕਾਫ ਦੇ ਅੱਠ ਤੇ ਛੇ, ਚੌਦਾਂ ਕੀ ਨੇ? ਨਿਸ਼ਾਨੀਆਂ ਨੇ। ਹੁਣ ਦੱਸੋ ਮੈਨੂੰ, ਇੱਥੇ ਕੋਈ ਬਾਗ ਦੀ ਗੱਲ ਹੈ? ਨਹੀਂ ਬਾਗ, ਕਿਉਂਕਿ ਬਾਗ ਲਫ਼ਜ਼ ਵਿੱਚ ਇਸਮ ਮੁਹੰਮਦ ਛੁਪਿਆ, ਫਿਦਕ ਵਿੱਚ ਚੌਦਾਂ ਮੁਹੰਮਦ ਦੀ ਸਨਦ ਛੁਪੀ ਹੈ। ਤੂੰ ਕਿਹਨੂੰ ਬਾਗ ਫਿਦਕ ਕਹੀ ਜਾ ਰਿਹਾ? ਫਾਤਮਾ ਨੂੰ ਅੱਲਾ ਦੀ ਜ਼ਾਤ ਨੇ ਅੱਜ ਦੀ ਨਹੀਂ, ਹੀਂ ਦੇ ਵੇਲੇ ਦੀ ਲਿਖ ਕੇ।